ਅੱਜ ਤੁਹਾਨੂੰ ਮਿਲਾਉਣੇ ਆ ਕਬੱਡੀ ਦੇ ਬਾਬੇ ਬੋੜ ਨਾਲ ਜਿਸ ਦੇ ਆਖਰੀ ਸਮੇਂ ਤੱਕ ਹੱਥਾਂ ਵਿੱਚ ਜਮੂਰ ਵਰਗੀ ਤਾਕਤ ਰਹੀ। ਉਸ ਬਾਬੇ ਦੀ ਲਗਾਤਾਰ ਕਬੱਡੀ ਦੇ ਮੈਦਾਨਾਂ 'ਚ 25 ਸਾਲ ਝੰਡੀ ਰਹੀ, ਪਰ ਉਮਰ ਦੇ ਆਖਰੀ ਦੌਰ 'ਚ ਉਸ ਬਾਬੇ ਦਾ ਪਛਤਾਵਾ ਸੀ ਕਿ ਕੱਲੀ ਬੱਲੇ ਬੱਲੇ ਨਾਲ ਢਿੱਡ ਨਹੀਂ ਭਰਿਆ। ਪਰ ਸ਼ਰਮ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਅਜਿਹੇ ਹੀਰਿਆਂ ਦਾ ਮੁੱਲ ਨਹੀਂ ਪਾਇਆ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਦੀਪ ਖੁਰਮੀ ਹਿੰਮਤਪੁਰਾ ਆਪ ਸਭ ਨੂੰ ਭਾਈ ਦਰਿਆ UK ਦੇ ਸਕੋਟਲੈਂਡ ਸਟੂਡੀਓ 'ਚ ਜੀ ਆਇਆਂ ਕਹਿੰਦਾ। ਅਸੀਂ ਸਮੇਂ ਸਮੇਂ 'ਤੇ ਤੁਹਾਡੇ ਨਾਲ ਕੋਈ ਨਾ ਕੋਈ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ। ਅੱਜ ਜਿਸ ਸ਼ਖਸ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਾਂ ਜਿਸ ਸ਼ਖਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਉਹ ਬੇਸ਼ੱਕ ਅੱਜ ਇਸ ਜਹਾਨੋਂ ਰੁਖਸਤ ਹੋ ਚੁੱਕਿਆ, ਪਰ ਅੱਜ ਤੋਂ ਲਗਭਗ 20 ਸਾਲ ਪਹਿਲਾਂ ਉਸ ਬਜ਼ੁਰਗ ਕਬੱਡੀ ਖਿਡਾਰੀ ਦੇ ਨਾਲ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ। ਬੇਸ਼ੱਕ ਉਹ ਬਜ਼ੁਰਗ ਹੁਣ ਹੈ ਤੋਂ ਸੀ ਹੈ, ਪਰ ਸਾਡੀਆਂ ਯਾਦਾਂ ਦੇ ਵਿੱਚ ਹਮੇਸ਼ਾ ਕਾਇਮ ਰਹੇਗਾ। ਪੰਜਾਬੀਆਂ ਦੀ ਮਾਂ ਖੇਡ ਜਾਂ ਪਿਤਾ ਪੁਰਖੀ ਖੇਡ ਕਹਿ ਲਓ, ਕਬੱਡੀ ਨੂੰ ਵਿਦੇਸ਼ਾਂ ਵਿੱਚ ਵੀ ਜਾਣਿਆ ਜਾਂਦਾ। ਗੈਰ ਪੰਜਾਬੀ ਲੋਕ ਵੀ ਜਾਣਦੇ ਨੇ ਕਿ ਕਬੱਡੀ ਕਿਸੇ ਖੇਡ ਦਾ ਨਾਂ ਹੈ, ਪਰ ਇਸ ਖੇਡ ਨੂੰ ਇਸ ਬੁਲੰਦੀ 'ਤੇ ਲਿਜਾਣ ਲਈ ਬਹੁਤ ਸਾਰੇ ਮਰ ਜੀਵੜਿਆਂ ਦਾ ਖੂਨ ਲੱਗਿਆ ਹੋਇਆ। ਪੰਜਾਬ ਦੇ ਜ਼ੋਰਾਵਰ ਪੁੱਤਰਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਕਿ ਜਿੱਥੇ ਵੀ ਕਿਤੇ ਕਬੱਡੀ ਦਾ ਜ਼ਿਕਰ ਹੁੰਦਾ ਤਾਂ ਪੰਜਾਬ ਦਾ ਜ਼ਿਕਰ ਹੁੰਦਾ, ਜੇ ਪੰਜਾਬ ਦਾ ਜ਼ਿਕਰ ਹੁੰਦਾ ਤਾਂ ਕਬੱਡੀ ਦਾ ਜ਼ਿਕਰ ਹੁੰਦਾ। ਕਬੱਡੀ ਦੇ ਅੰਤਾਂ ਦੇ ਲੰਮੇ ਤੇ ਔਖੇ ਸਫ਼ਰ ਵਿੱਚ ਉਹਨਾਂ ਨੌਜਵਾਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਜਿਨ੍ਹਾਂ ਨੇ ਕਬੱਡੀ ਖੇਡਣ ਨੂੰ ਜਨੂੰਨ ਵਾਂਗ ਆਪਣੇ ਨਿਰਤ ਪ੍ਰਤੀ ਦੇ ਕੰਮਾਂ ਦਾ ਹਿੱਸਾ ਬਣਾਈ ਰੱਖਿਆ। ਅੱਜ ਜਦੋਂ ਕਬੱਡੀ ਸਿਖਰ ਦੀ ਮਕਬੂਲੀਅਤ ਹਾਸਲ ਕਰੀ ਬੈਠੀ ਹੈ ਤਾਂ ਦੁੱਖ ਹੁੰਦਾ ਹੈ ਕਿ ਬਹੁਤ ਸਾਰੇ ਖੇਡ ਲੇਖਕਾਂ ਵੱਲੋਂ ਜਾਂ ਬੁਲਾਰਿਆਂ ਵੱਲੋਂ ਉਹਨਾਂ ਮਰਜੀਵੜਿਆਂ ਦਾ ਜ਼ਿਕਰ ਕਦੇ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੇ ਇੱਟਾਂ ਬਣ ਕੇ ਕਬੱਡੀ ਦੇ ਮਹਿਲ ਦੇ ਵਿੱਚ ਆਪਣੀ ਨੀਂਹ ਦੇ ਵਿੱਚ ਆਪਣਾ ਯੋਗਦਾਨ ਪਾਇਆ। ਅਜਿਹੇ ਨੌਜਵਾਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਤਾਂ ਕਿ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਦੱਸ ਸਕੀਏ ਕਿ ਕਬੱਡੀ ਹੁਣ ਤੱਕ ਪਹੁੰਚੀ ਕਿਵੇਂ ਹੈ। ਅੱਜ ਤੁਹਾਡੇ ਨਾਲ ਅਜਿਹੇ ਹੀ ਇੱਕ ਮਰਜੀਵੜੇ ਦਾ ਜ਼ਿਕਰ ਸਾਂਝਾ ਕਰਨ ਜਾ ਰਿਹਾ ਜਿਸ ਦਾ ਨਾਂ ਹੈ ਜੁਗਰਾਜ ਸਿੰਘ ਸੇਖੋਂ ਉਰਫ ਬਾਬਾ ਭੋਤਨਾ। ਪਰ ਸਾਨੂੰ ਮਾਣ ਹੈ ਕਿ ਅੱਜ ਤੋਂ ਲਗਭਗ 17 ਸਾਲ ਪਹਿਲਾਂ ਜੁਗਰਾਜ ਸਿੰਘ ਸੇਖੋਂ ਉਰਫ ਬਾਬਾ ਭੋਤਨਾ ਨੂੰ ਪਾਠਕ ਜਗਤ ਦੇ ਰੂਬਰੂ ਕਰਵਾਉਣ ਦਾ ਮਾਣ ਹਾਸਲ ਹੋਇਆ ਸੀ। ਉਹ ਵੇਲਾ ਉਦੋਂ ਦਾ ਸੀ ਜਦੋਂ ਬਾਬਾ ਭੋਤਨਾ ਗੁੰਮਨਾਮੀ ਦੇ ਆਲਮ ਵਿੱਚ ਸੀ। ਕਦੇ ਇਹ ਵੀ ਨਹੀਂ ਪਤਾ ਸੀ ਕਿ ਮੋਟੇ ਕਾਲੇ ਫਰੇਮ ਵਾਲੀਆਂ ਐਨਕਾਂ ਲਾਉਣ ਵਾਲਾ ਬਜ਼ੁਰਗ ਦੇ ਸਿਰ ਤੇ ਕੇਸਰੀ ਦਸਤਾਰ ਸਜਾਉਣ ਵਾਲਾ ਗਾਤਰਾਧਾਰੀ ਬਜ਼ੁਰਗ ਕਬੱਡੀ ਦਾ ਨਾਮਵਾਰ ਖਿਡਾਰੀ ਰਿਹਾ ਹੋਵੇਗਾ। ਬੇਸ਼ੱਕ ਬਾਬੇ ਭੋਤਨੇ ਨੂੰ ਉਹਦੀ ਉਮਰ ਦੇ ਆਖਰੀ ਪੜਾਅ ਦੇ ਵਿੱਚ ਮਿਲਣ ਦਾ ਸਬੱਬ ਬਣਿਆ, ਪਰ ਜਿਸ ਦਿਨ ਪਹਿਲੀ ਵਾਰ ਬਾਬੇ ਨਾਲ ਮਿਲਣੀ ਹੋਈ ਸੀ ਤਾਂ ਉਹਦਾ ਹੱਥ ਮਿਲਾਉਣ ਦਾ ਅੰਦਾਜ਼ ਇਹ ਬਿਆਨ ਕਰ ਗਿਆ ਸੀ ਕਿ ਉਸ ਬਜ਼ੁਰਗ ਅਵਸਥਾ ਦੀ ਉਮਰ ਵਿੱਚ ਵੀ ਉਹਦੇ ਹੱਥਾਂ 'ਚ ਜਮੂਰ ਵਰਗੀ ਤਾਕਤ ਸੀ। ਜੁਗਰਾਜ ਸਿੰਘ ਸੇਖੋਂ ਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਮਾਛੀਕੇ 'ਚ 1938 'ਚ ਸਰਦਾਰ ਬੂਟਾ ਸਿੰਘ ਸੇਖੋਂ ਅਤੇ ਮਾਤਾ ਬਸੰਤ ਕੌਰ ਦੇ ਘਰ ਹੋਇਆ ਸੀ। 5ਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਜੁਗਰਾਜ ਸਿੰਘ ਸੇਖੋਂ ਦਾ ਮੋਹ ਕਬੱਡੀ ਨਾਲ ਪੈ ਗਿਆ ਸੀ। ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤਪੁਰਾ ਦੀ ਤਰਫੋਂ 1953 'ਚ ਖੇਡਦਿਆਂ ਉਹਨਾਂ ਨੇ ਪੰਜਾਬ ਦੀ ਟੀਮ ਲਈ ਖੇਡ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜਗਰਾਜ ਸਿੰਘ ਸੇਖੋਂ ਦੀ ਖੇਡ ਕਲਾ ਤੋਂ ਪ੍ਰਭਾਵਿਤ ਹੋ ਕੇ ਸਰਕਾਰੀ ਹਾਈ ਸਕੂਲ ਬੁੱਟਰ ਦੇ ਹੈੱਡ ਟੀਚਰ ਹਰਦੇਵ ਸਿੰਘ ਉਹਨਾਂ ਨੂੰ ਆਪਣੇ ਨਾਲ ਬੁੱਟਰ ਲੈ ਗਏ। ਹਰਦੇਵ ਸਿੰਘ ਨੇ ਜਗਰਾਜ ਸਿੰਘ ਸੇਖੋਂ ਨੂੰ ਅਜਿਹਾ ਚੰਡਿਆ ਕਿ ਪਟਿਆਲਾ ਵਿਖੇ ਹੋਈ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਤਰਫੋਂ ਖੇਡਦਿਆਂ ਫਾਈਨਲ ਵਿੱਚ ਪੈਪਸੂ ਦੀ ਟੀਮ ਨੂੰ ਹਰਾ ਕੇ ਜੇਤੂ ਹੋਣ ਦਾ ਸਿਹਰਾ ਪੰਜਾਬ ਸਿਰ ਸਜਾਇਆ। ਜਗਰਾਜ ਸਿੰਘ ਸੇਖੋਂ ਦੇ ਧਾਰਿਆਂ ਤੋਂ ਖੁਸ਼ ਹੋ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਸ ਨੂੰ ਆਪਣਾ ਕੋਟ ਲਾ ਕੇ ਸਨਮਾਨ ਵਜੋਂ ਦਿੱਤਾ ਸੀ ਅਤੇ ਨਾਲ ਹੀ ਰੇਲਵੇ ਦੇ ਵਿੱਚ ਸਫ਼ਰ ਕਰਨ ਦੀ 3 ਸਾਲ ਦੀ ਸਹੂਲਤ ਦਿੱਤੀ ਸੀ, ਜਿਸ ਦੌਰਾਨ ਜਗਰਾਜ ਸਿੰਘ ਸੇਖੋਂ ਦੇ ਨਾਲ 3 ਜਣੇ ਹੋਰ ਮੁਫ਼ਤ ਸਫ਼ਰ ਕਰ ਸਕਦੇ ਸਨ। ਜਗਰਾਜ ਸਿੰਘ ਸੇਖੋਂ ਦੀ ਖੇਡ ਕਲਾ ਇਸ ਕਦਰ ਨਿਪੁੰਨ ਸੀ ਕਿ ਉਹ ਜਾਫੀ ਅਤੇ ਧਾਵੀ ਦੋਨਾਂ ਵਜੋਂ ਹੀ ਖੇਡ ਲੈਂਦਾ ਸੀ। ਜਦੋਂ ਕੋਈ ਧਾਵੀ ਦੂਜੇ ਜਾਫੀਆਂ ਤੋਂ ਲੋਟ ਨਾ ਆਉਂਦਾ ਤਾਂ ਉਹਨੂੰ ਪੰਜੀ ਦਾ ਭੌਣ ਦਿਖਾਉਣ ਲਈ ਜੁਗਰਾਜ ਸਿੰਘ ਸੇਖੋਂ ਖੁਦ ਮੈਦਾਨ ਦੇ ਵਿੱਚ ਆ ਡਟਦਾ। ਮੈਨੂੰ ਉਹ ਦਿਨ ਯਾਦ ਆਉਂਦਾ
ਜਦੋਂ ਬਾਬੇ ਭੋਤਨੇ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਆਪਣੀ ਦੁੱਧ ਚਿੱਟੀ ਦਾੜੀ ਤੇ ਹੱਥ ਫੇਰਦਿਆਂ ਬੜੇ ਮਾਣ ਨਾਲ ਕਿਹਾ ਸੀ ਕਿ ਪੁੱਤਰਾ ਜਦੋਂ ਮੈਂ ਧਾਵੀ ਵਜੋਂ ਜਾਂਦਾ ਸੀ ਨਾ ਜਦੋਂ ਕਿ ਜਾਫੀ ਬਾਲਾ ਉੱਤੇ ਚੜ੍ਹਦਾ ਹੁੰਦਾ ਸੀ ਤਾਂ ਮੈਂ ਉਹਨੂੰ ਪਿੱਛੋਂ ਤੁਰਿਆ ਉਹਦੇ ਤੇ ਗਿੱਚੀ 'ਚ ਹੱਥ ਮਾਰ ਕੇ ਗਿਲਗਾ ਆਉਂਦਾ ਸੀ। ਬਸ ਇਸੇ ਹੁਨਰ ਨੇ ਸਾਰੀ ਉਮਰ ਬੱਲੇ ਬੱਲੇ ਕਰਵਾਈ ਰੱਖੀ। ਕਬੱਡੀ ਖੇਡ ਜਗਤ ਵਿੱਚ ਕੈਂਚੀ ਦਾ ਦੇ ਜਨਮਦਾਤਾ ਵਜੋਂ ਜਾਣੇ ਜਾਂਦੇ ਛਾਂਗਾ ਅਠੂਰ ਦੀ ਟੀਮ ਨਾਲ ਖੇਡਣ ਬਾਰੇ ਬਾਬਾ ਜਦੋਂ ਆਪਣਾ ਸਮਾਂ ਬਿਆਨ ਕਰਦਾ ਸੀ ਜਾਂ ਗੱਲ ਬਿਆਨ ਕਰਦਾ ਸੀ ਤਾਂ ਉਹਦੇ ਚਿਹਰੇ 'ਤੇ ਚਮਕ ਆ ਜਾਂਦੀ ਸੀ। ਉਸਦਾ ਕਹਿਣਾ ਸੀ ਕਿ ਛਾਂਗੇ ਅਠੂਰ ਦੀ ਟੀਮ ਨਾਲ ਖੇਡ ਕੇ ਜੋ ਸਵਾਦ ਆਉਂਦਾ ਸੀ ਉਹ ਕਿਸੇ ਹੋਰ ਟੀਮ ਨਾਲ ਖੇਡਣ ਦਾ ਨਹੀਂ ਸੀ ਆਉਂਦਾ। ਬਾਬੇ ਦਾ ਕਹਿਣਾ ਸੀ ਕਿ ਛਾਂਗੇ ਕੋਲ ਧਾਵੀ ਨੂੰ ਕੈਂਚੀ ਮਾਰ ਕੇ ਰੋਕਣ ਦਾ ਹੁਨਰ ਸੀ ਪਰ ਜਗਰਾਜ ਸਿੰਘ ਸੇਖੋਂ ਕੋਲ ਪਿੱਛੇ ਭੱਜੇ ਆਉਂਦੇ ਜਾਫੀ ਨੂੰ ਗਿੱਚੀ 'ਚ ਧੱਫਾ ਮਾਰ ਕੇ ਅੱਗੇ ਲੰਘਾ ਦੇਣ ਦਾ ਹੁਨਰ ਸੀ। ਇਸੇ ਕਰਕੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਮਾਛੀਕੇ ਤੇ ਠੂਰ ਦਾ ਮੈਚ ਹੋਣਾ ਹੁੰਦਾ ਸੀ ਤਾਂ ਲੋਕ ਦੂਰੋਂ ਨੇੜਿਓਂ ਭੀੜਾਂ ਘੱਟ ਕੇ ਇਸ ਮੈਚ ਨੂੰ ਦੇਖਣ ਆਉਂਦੇ ਸਨ। ਬਾਬਾ ਅਕਸਰ ਹੀ ਕਹਿੰਦਾ ਹੁੰਦਾ ਸੀ ਕਿ ਉਹਨਾਂ ਵੇਲਿਆਂ ਦੇ ਵਿੱਚ ਬੜੇਵੇਂ ਖਾਣੀ ਨਿੱਤਰਦੀ ਸੀ ਸਗੋਂ ਅੱਜ ਦੇ ਖਿਡਾਰੀਆਂ ਵਾਂਗ ਚਿਕਨਾਈ ਮਲ ਕੇ ਜਾਂ ਟੀਕੇ ਲਾ ਕੇ ਖੇਡਣ ਦਾ ਕੋਈ ਰਿਵਾਜ ਨਹੀਂ ਸੀ। ਗੱਲ ਖਰਾਦੀਆਂ ਖੁਰਾਕਾਂ ਦੇ ਜ਼ੋਰ ਤੇ ਆ ਕੇ ਨਿਬੜਦੀ ਸੀ। ਉਹੀ ਬਾਜੀ ਮਾਰ ਜਾਂਦਾ ਸੀ ਜਿਸਨੇ ਮਾਂ ਦਾ ਦੁੱਧ ਢੁੱਡਾ ਮਾਰ ਕੇ ਚੁੰਘਿਆ ਹੁੰਦਾ ਸੀ। ਬਾਬਾ ਭੋਤਨਾ ਬੜੇ ਮਾਣ ਨਾਲ ਦੱਸਦਾ ਕਿ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰੋਪੁਰ ਦੀਆਂ ਖੇਡਾਂ ਵਿੱਚ ਲਗਾਤਾਰ 12 ਸਾਲ ਬਾਬਾ ਭੋਤਨਾ ਹੁੰਦੀ ਰਹੀ। ਜਵਾਨੀ ਪਹਿਰੇ ਰੂਹ ਨਾਲ ਖਾਧੀਆਂ ਖੁਰਾਕਾਂ ਤੇ ਖੇਡੀ ਕਬੱਡੀ ਕਰਕੇ ਆਖਰੀ ਦੌਰ ਤੱਕ ਵੀ ਬਾਬੇ ਦੇ ਹੱਡ ਜਰਪੂ ਨਹੀਂ ਕਰਦੇ ਸਨ ਸਗੋਂ ਕਾਟੋ ਫੁੱਲਾਂ ਤੇ ਖੇਡਦੀ ਰਹੀ। ਬਾਬਾ ਬੜੇ ਹੌਸਲੇ ਤੇ ਦਲੇਰੀ ਨਾਲ ਕਹਿੰਦਾ ਕਿ ਅੱਜ ਕੱਲ੍ਹ ਜਿਹੜੇ ਆ ਖਿਡਾਰੀ ਗੋਲੀਆਂ ਜਾਂ ਟੀਕੇ ਲਾ ਕੇ ਖੇਡਦੇ ਆ ਨਾ ਇਹਨਾਂ ਨੂੰ ਤਾਂ ਮੈਂ ਧੱਫਾ ਮਾਰ ਕੇ ਪਹਿਲੇ ਧੱਫੇ ਨਾਲ ਮੂੰਹੋਂ ਮੂੰਹ ਕਰਦਿਆਂ। ਬਾਬੇ ਦੀਆਂ ਇਹਨਾਂ ਗੱਲਾਂ ਨੂੰ ਸੁਣਨ ਲਈ ਉਹਦੇ ਆਲੇ ਦੁਆਲੇ ਨੌਜਵਾਨਾਂ ਦੀ ਭੀੜ ਬਣੀ ਰਹਿੰਦੀ। 17 ਸਾਲ ਪਹਿਲਾਂ ਪੱਤਰਕਾਰ ਦੋਸਤ ਰਣਜੀਤ ਬਾਵਾ ਦੇ ਦਫ਼ਤਰ ਵਿਖੇ ਹੋਈ ਗੱਲਬਾਤ ਮੇਰੇ ਅੱਜ ਵੀ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ। ਜਦੋਂ ਉਹਨੇ ਬਾਬੇ ਨੇ ਕਿਹਾ ਸੀ ਕਿ ਪੁੱਤਰਾ ਜਵਾਨੀ ਪਹਿਲੇ ਕਬੱਡੀ ਲੇਖੇ ਲਾਏ 20-25 ਸਾਲ ਦੁੱਖ ਦਿੰਦੇ ਨੇ ਕਿਉਂਕਿ ਜੇ ਮੈਂ ਉਹਨਾਂ ਵੇਲਿਆਂ ਦੇ ਵਿੱਚ ਕਬੱਡੀ ਛੱਡ ਕੇ ਖੇਤੀ ਵੀ ਕਰ ਲੈਂਦਾ ਤਾਂ ਅੱਜ ਮੇਰੇ ਪੁੱਤ ਪੋਤਰੇ ਐਸ਼ਾਂ ਕਰਦੇ। ਉਹ ਬੜੇ ਦੁੱਖ ਨਾਲ ਕਹਿੰਦਾ ਕਿ ਇਕੱਲੀ ਬੱਲੇ ਬੱਲੇ ਵੀ ਢਿੱਡ ਨਹੀਂ ਭਰਦੀ, ਨਾ ਕੋਈ ਹੋਰ ਕੰਮ ਕਰ ਸਕਿਆ, ਨਾ ਧੇਲਾ ਜੋੜ ਸਕਿਆ ਤੇ ਨਾ ਹੀ ਕਿਸੇ ਸਰਕਾਰ ਨੇ ਸਾਰ ਲਈ। ਬੇਸ਼ੱਕ ਸਰਕਾਰਾਂ ਵੱਲੋਂ ਤਾਂ ਬਾਬੇ ਭੋਤਨੇ ਨੂੰ ਅਣਗੌਲਿਆ ਕੀਤਾ ਹੀ ਜਾਂਦਾ ਰਿਹਾ ਪਰ ਚਰਚਾ ਦੇ ਵਿੱਚ ਆਉਣ ਤੇ ਬਾਬੇ ਨੂੰ ਅੰਬੀ ਯਾਦਗਾਰੀ ਟੂਰਨਾਮੈਂਟ ਕਮੇਟੀ ਠੂਰ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਟੂਰਨਾਮੈਂਟ ਕਮੇਟੀ ਮਾਛੀਕੇ ਦੀ ਟੀਮ ਵੱਲੋਂ ਜਦੋਂ ਸਨਮਾਨ ਦਿੱਤੇ ਗਏ ਤਾਂ ਉਹਨਾਂ ਸਨਮਾਨਾਂ ਦਾ ਜ਼ਿਕਰ ਕਰਦਿਆਂ ਬਾਬੇ ਦੇ ਚਿਹਰੇ ਤੇ ਰੌਣਕ ਆ ਜਾਂਦੀ ਤੇ ਮੋਟੇ ਕਾਲੇ ਫਰੇਮ ਵਾਲੀਆਂ ਐਨਕਾਂ ਦੇ ਵਿੱਚੋਂ ਉਹਦੀਆਂ ਅੱਖਾਂ ਜਗਮਗਾ ਉੱਠਦੀਆਂ। ਸੱਚਮੁੱਚ ਹੀ ਜੇਕਰ ਇਹੀ ਜਗਰਾਜ ਸਿੰਘ ਸੇਖੋਂ ਕਿਸੇ ਪੱਛਮੀ ਮੁਲਕ ਦਾ ਖਿਡਾਰੀ ਹੁੰਦਾ ਤਾਂ ਉਹਨੂੰ ਇਹ ਪਛਤਾਵਾ ਕਦਾ ਚੇਤਨਾ ਕਰਨਾ ਪੈਂਦਾ। ਅਸਲ ਵਿਚਾਰਨਯੋਗ ਗੱਲ ਇਹ ਹੈ ਕਿ ਸ਼ਾਂਤੀ ਦੇ ਦੂਤ ਸਮਝੇ ਜਾਂਦੇ ਖਿਡਾਰੀਆਂ ਦੀ ਜੇਕਰ ਇਸੇ ਤਰ੍ਹਾਂ ਹੀ ਅਣਦੇਖੀ ਕੀਤੀ ਜਾਂਦੀ ਰਹੀ ਤਾਂ ਕੋਈ ਵੀ ਖਿਡਾਰੀ ਆਪਣੀ ਜਵਾਨੀ ਦੇ ਵਿੱਚ ਆਪਣਾ ਜੋਸ਼ ਕਿਸੇ ਖੇਡ ਦੇ ਲੇਖੇ ਲਾ ਕੇ ਤੇ ਬੁਢਾਪੇ ਦੇ ਵਿੱਚ ਰੁਲਣ ਲਈ ਮਜਬੂਰ ਹੋਣ ਨੂੰ ਪਹਿਲ ਨਹੀਂ ਦੇਵੇਗਾ। ਬੇਸ਼ੱਕ ਅੱਜ ਜਗਰਾਜ ਸਿੰਘ ਸੇਖੋਂ ਉਰਫ ਬਾਬਾ ਭੋਤਨਾ ਇਸ ਦੁਨੀਆਂ 'ਤੇ ਨਹੀਂ ਪਰ ਉਸਦਾ ਸੱਚਾ ਸੁੱਚਾ ਕਿਰਦਾਰ ਕਬੱਡੀ ਲੇਖੇ ਲਾਏ ਲਗਭਗ 2 ਦਹਾਕੇ ਤੇ ਉਸਦੇ ਹੱਥਾਂ ਦੇ ਵਿਚਲੀ ਪਕੜ ਤੇ ਉਹਦੀ ਖੇਡੀ ਹੋਈ ਕਬੱਡੀ ਲੋਕਾਂ ਦੇ ਜ਼ਿਹਨ ਦੇ ਵਿੱਚ ਰਹੇਗੀ। ਉਮੀਦ ਕਰਦੇ ਹਾਂ ਕਿ ਪੰਜ ਦਰਿਆ UK ਵੱਲੋਂ ਜਗਰਾਜ ਸਿੰਘ ਸੇਖੋਂ ਉਰਫ ਬਾਬਾ ਭੋਤਨਾ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਹੀ ਅਗਲੀ ਜਾਣਕਾਰੀ ਲੈ ਕੇ ਫਿਰ ਮਿਲਾਂਗੇ। ਧੰਨਵਾਦ।